ਹੈਲੋ एवरीवन ਆਈ ਹੋਪ ਕਿ ਤੁਸੀਂ ਸਾਰੇ ਬਦਿਆ ਹੋਵੋਗੇ ਤੇ ਮੈਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Path to Short Success ਤੇ ਸਵਾਗਤ ਕਰਦੀ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਅੱਜ ਗੱਲ ਕਰਾਂਗੇ ਜੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਗੈਸਟ ਫੈਕਲਟੀ ਜੋ ਕਿ ਅਸਿਸਟੈਂਟ ਪ੍ਰੋਫੈਸਰ ਦੀ ਇੱਕ ਵੈਕੈਂਸੀ ਨਿਕਲੀ ਹੈ ਕੈਸੇ ਡਿਪਾਰਟਮੈਂਟ ਦੇ ਵਿੱਚ ਨਿਕਲੀ ਹੈ ਜੀ ਇਹ ਨਿਕਲੀ ਹੈ ਡਿਪਾਰਟਮੈਂਟ ਆਫ ਇਕਨੋਮਿਕਸ ਦੇ ਵਿੱਚ ਇਕਨੋਮਿਕਸ ਡਿਪਾਰਟਮੈਂਟ ਦੇ ਵਿੱਚ ਨਿਕਲੀ ਹੈ ਇੱਕ ਜੋ ਹੈ ਪੋਜੀਸ਼ਨ ਹੈ ਮਤਲਬ ਇੱਕ ਜੋਬ ਹੈ ਤੈਸ ਦੇ ਲਈ ਕੀ ਤੁਸੀਂ ਕਿਸ ਕਿਸ ਕਲਾਸਸ ਨੂੰ ਟੀਚ ਕਰਨਾ ਹੈ ਬੀਏ ਤੇ ਐਮਏ ਕਲਾਸਸ ਜੁਲਾਈ ਟੂ ਡਿਸੰਬਰ 2023 ਤੱਕ ਇਕਨੋਮਿਕਸ ਡਿਪਾਰਟਮੈਂਟ ਦੇ ਵਿੱਚ ਡੈਸੀਗਨੇਸ਼ਨ ਤੁਹਾਡੀ ਗੈਸਟ ਫੈਕਲਟੀ ਦੀ ਹੋਵੇਗੀ ਨੈਕਸਟ ਜੀ ਇਹਨਾਂ ਨੇ ਮੰਡੇ ਟੂ ਫਰਡੇ ਕਲਾਸਸ ਹੋਣਗੀਆਂ ਯੂਜੀ ਤੇ ਪੀਜੀ ਦੀਆਂ ਕਲਾਸਸ ਨੇ ਜੋ ਟਾਈਮ ਹੈ 9am ਟੂ 4pm ਹੋਏਗਾ ਨੈਕਸਟ ਜੀ ਇਹਨਾਂ ਨੇ ਜੋ ਆਪਣੀ ਕੁਆਲੀਫਿਕੇਸ਼ਨ ਐਲੀਜੀਬਿਲਟੀ ਦੱਸੀ ਹੈ ਕੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ 55% ਮਾਰਕਸ ਹੋਣੇ ਚਾਹੀਦੇ ਨੇ ਇਸ ਤੋਂ ਬਿਨਾ ਨੈਟ ਹੋਣਾ ਚਾਹੀਦਾ ਹੈ ਡਿਜ਼ਾਇਰੇਬਲ ਜੋ ਕੁਆਲੀਫਿਕੇਸ਼ਨ ਹੈ ਇਹ ਤਾਂ ਜ਼ਰੂਰੀ ਹੋਣੀ ਚਾਹੀਦੀ ਹੈ ਇਸ ਤੋਂ ਬਿਨਾ ਗ੍ਰੈਜੂਏਸ਼ਨ ਵਿਦ ਮੈਥਸ ਐਮ ਐਸ ਵਰਡ ਦੀ ਜੋ ਤੁਹਾਨੂੰ ਨੋਲਿਜ ਹੋਣੀ ਚਾਹੀਦੀ ਹੈ ਕੰਪਿਊਟਰ ਸੌਫਟਵੇਅਰ ਬਾਰੇ ਪੱત્રਾ ਹੋਣਾ ਚਾਹੀਦਾ ਹੈ ਇਸ ਤੋਂ ਬਿਨਾ ਜੀ ਤੁਸੀਂ ਅਪਲਾਈ ਕਿੱਦਾਂ ਕਰਨਾ ਹੈ ਇਸ ਦੇ ਲਈ ਤੁਹਾਨੂੰ ਜੋ ਐਪਲੀਕੇਸ਼ਨ ਪਰਫਾਰਮਾ ਹੈ ਉਹ ਤੁਹਾਨੂੰ ਸਾਈਟ ਤੇ ਮਿਲ ਜਾਵੇਗਾ ਇਸ ਤੋਂ ਬਿਨਾ ਤੁਸੀ ਸਬਮਿਟ ਕਰਵਾਉਣੀ ਹੈ ਕਾਪੀ ਆਫ ਫਾਰਮ ਦੀ ਡਿਊਲੀ ਫਿਲਡ ਹੋਣਾ ਚਾਹੀਦਾ ਹੈ ਅਲੋਂਗ ਵਿਦ ਅਟੈਸਟਡ ਸਰਟੀਫਿਕੇਟ ਤੇ ਹੋਰ ਜੋ ਤੁਹਾਡੇ ਸਪੋਰਟਿੰਗ ਡਾਕੂਮੈਂਟਸ ਨੇ ਇਸ ਜੋ ਈਮੇਲ ਆਈਡੀ ਦਿੱਤੀ ਹੈ ਇੱਥੇ ਤੁਸੀ ਭੇਜਣੀਆਂ ਹਨ ਕਦੋਂ ਤੱਕ ਭੇਜਣੀਆਂ ਹਨ ਜੀ 18 ਸਤੰਬਰ ਤੱਕ ਲੇਟੈਸਟ ਵਾਈ 18 ਸਤੰਬਰ ਤੱਕ ਤੁਸੀ ਮੰਡੇ ਤੱਕ ਭੇਜਣੀਆਂ ਹਨ ਤੇ ਜੋ ਵੀ ਸ਼ਾਰਟ ਲਿਸਟਡ ਕੈਂਡੀਡੇਟਸ ਹੋਣਗੇ ਉਹਨਾਂ ਨੂੰ ਇੰਟਰਵਿਊ ਲਈ ਕਾਲ ਕੀਤਾ ਜਾਵੇਗਾ ਈਮੇਲ ਜਾਂ ਫੋਨ ਨੰਬਰ ਦੇ ਦੁਆਰਾ ਕੋਈ ਵੀ ਲੈਟਰ ਤੁਹਾਨੂੰ ਅਲੱਗ ਸੈਂਟ ਨਹੀਂ ਕੀਤਾ ਜਾਵੇਗਾ ਇੰਟਰਵਿਊ ਹੋਵੇਗੀ 19 ਤੋਂ ਲੈ ਕੇ 22 ਤਰੀਕ ਦੇ ਵਿੱਚ ਵਿੱਚ ਜੋ ਇੱਕ ਨਾ ਹੀ ਟੈਂਪਰੇਰੀ ਆਪਾਂ ਨੂੰ ਟੈਂਟੇਟਿਵਲੀ ਜੋ ਤਰੀਕ ਹੈ ਆਪਾਂ ਡੇਟ ਹੈ ਦਿੱਤੀ ਹੈ ਐਸ ਤੋਂ ਬਿਨਾ ਜੀ ਹੋਰ ਸਾਰੇ ਜੋ ਇੱਕ ਐਪਲੀਕੈਂਟਸ ਨੇ ਉਹਨਾਂ ਨੂੰ ਅਡਵਾਈਸ ਦਿੱਤਾ ਨੇ ਹਾਰਡ ਕਾਪੀ ਵੀ ਆਪਣੇ ਸਰਟੀਫਿਕੇਟਸ ਦੇ ਨਾਲ ਲੈ ਕੇ ਹੁਣ ਇੰਟਰਵਿਊ ਦੇ ਸਮੇਂ ਹੁਣ ਆਪਾਂ ਗੱਲ ਕਰਦੇ ਹਾਂ ਜੀ ਸੈਲਰੀ ਕਿੰਨੀ ਹੋਵੇਗੀ ਤਾਂ ਸੈਲਰੀ ਤੁਹਾਨੂੰ 1500 ਪਰ ਲੈਕਚਰ ਦਿੱਤੀ ਜਾਵੇਗੀ ਜੋ ਕਿ ਮੰਥ ਦੀ 50000 ਸੈਲਰੀ ਬਣਦੀ ਹੈ 50000 ਸੈਲਰੀ ਜੋ ਤੁਹਾਨੂੰ ਦਿੱਤੀ ਜਾਵੇਗੀ ਤਾਂ ਜੀ ਜਿਹੜੇ ਐਪਲੀਕੈਂਟਸ ਜਾਂ ਕੈਂਡੀਡੇਟਸ ਇੰਟਰਸਟਿਡ ਨੇ ਉਹ ਇੱਥੇ ਅਪਲਾਈ ਹੈ ਜੋ ਕਰ ਸਕਦੇ ਹਨ ਸੋ ਥੈਂਕ ਯੂ एवरीवन ਥੈਂਕ ਯੂ ਫਾਰ watching my video.